ਸਤਿ ਸ਼੍ਰੀ ਅਕਾਲ ਜੀ ਤੁਸੀਂ ਪ੍ਰਾਈਮ ਮੇਸ਼ਾ ਟੈਲੀਵਿਜ਼ਨ ਦੇਖ ਰਹੇ ਹੋ ਦੋਸਤੋ ਮੈਂ ਹਸਵਰਧ ਸਿੰਘ ਟੈਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਕਰਨੀ ਬਣਦੀ ਹੈ ਲੰਘੇ 24 ਘੰਟਿਆਂ ਦੇ ਵਿੱਚ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਰੁਕ ਰੁਕ ਕੇ ਮੀਂਹ ਪੈਂਦਾ ਰਿਹਾ ਜਿਵੇਂ ਸੌਣ ਭਾਦੋਂ ਦੀ ਝੜੀ ਲੱਗੀ ਹੁੰਦੀ ਹੈ ਉਸ ਤਰੀਕੇ ਦੀ ਝੜੀ ਲੱਗੀ ਰਹੀ ਹੈ ਦੂਜੀ ਗੱਲ ਇਹ ਹੈ ਕਿ ਸਿੰਗੂ ਤੇ ਟਿੱਕਰੀ ਬਾਰਡਰ ਦੇ ਉੱਤੇ ਵੀ ਮੌਸਮ ਕੋਈ ਬਹੁਤਾ ਵਧੀਆ ਨਹੀਂ ਅਗਲੇ 2 ਦਿਨ ਉਥੇ ਮੌਸਮ ਵਿਭਾਗ ਦਾ ਇਹ ਅੰਦਾਜ਼ਾ ਹੈ ਕਿ ਮੌਸਮ ਖਰਾਬ ਰਹਿ ਸਕਦਾ ਹੈ ਉਸ ਤੋਂ ਬਾਅਦ ਮੌਸਮ ਬਿਲਕੁਲ ਸਾਫ਼ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ ਹਾਲਾਂਕਿ ਮੌਸਮ ਵਿਭਾਗ ਦੀ ਇੱਕ ਵੈਬਸਾਈਟ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ 7 ਤਰੀਕਾ ਜਿਹੜੀ ਯਾਨੀ ਕਿ ਅੱਜ ਲਗਾਤਾਰ ਉੱਥੇ ਧੁੱਪ ਨਿਕਲਦੀਆਂ ਮੌਸਮ ਸਾਫ਼ ਰਹਿਣਾ ਪਰ ਫਿਰ ਵੀ ਕੁਝ ਕੁ ਮੌਸਮ ਵਿਭਾਗ ਦੇ ਅੰਸ਼ਾਂ ਦੇ ਰੂਪ ਦੇ ਵਿੱਚ ਜਾਣਕਾਰੀ ਆਈ ਹੈ ਕਿ ਉੱਥੇ ਮੀਂਹ ਕਣੀ ਆ ਸਕਦੀ ਹੈ ਪਰ ਅਸੀਂ ਚਾਹੁੰਦੇ ਹਾਂ ਕਿ ਮੌਸਮ ਸਾਫ਼ ਰਹੇ ਕਿਉਂਕਿ ਅੱਜ ਦਿੱਲੀ ਨੂੰ ਘੇਰਾ ਪਾਉਣ ਦੇ ਲਈ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਟਰੈਕਟਰ ਹੈ ਜਿਹੜੇ ਉਹ ਦਿੱਲੀ ਨੂੰ ਘੇਰਾ ਪਾਉਣਗੇ ਅਸੀਂ ਕੱਲ ਵੀ ਖਬਰ ਸਾਂਝੀ ਕੀਤੀ ਸੀ ਬਈ ਯੋਗਿੰਦਰ ਯਾਦਵ ਖੁਰਾਨੀ ਕਹਾਂ ਕਿ ਇਹ ਫਿਲਮ ਦਾ ਟ੍ਰੇਲਰ ਹੋਊਗਾ ਤੇ 26 ਜਨਵਰੀ ਨੂੰ ਅਸਲ ਫਿਲਮ ਚੱਲਣੀ ਹੈ ਟਰੈਕਟਰ ਮਾਰਚ ਦੇ ਰੂਪ ਦੇ ਵਿੱਚ ਕਿਉਂਕਿ ਲੱਖਾਂ ਦੀ ਦੇ ਵਿੱਚ ਟਰੈਕਟਰ ਜਿਹੜੇ ਉਸ ਤਰ੍ਹਾਂ ਦਿੱਲੀ ਦੇ ਵੱਲ ਕੂਚ ਕਰ ਚੁੱਕੇ ਜਿਹੜੇ ਉਹ ਦਿੱਲੀ ਦੇ ਅੰਦਰ ਦਾਖਲ ਹੋਣਗੇ ਤੇ ਇਹਦੇ ਨਾਲ ਹੀ ਦੱਸਣਾ ਬਣਦਾ ਜੀ ਕਿ ਇਸ ਵਕਤ ਪੰਜਾਬ ਦੇ ਵਿੱਚ ਤਾਪਮਾਨ ਜਿਹੜਾ ਕਾਫੀ ਲੁੜਕਿਆ ਹੋਇਆ ਲਗਾਤਾਰ ਕੋਰਾ ਪੈ ਰਿਹਾ ਲਗਾਤਾਰ ਠੰਡ ਪੈ ਰਹੀ ਹੈ ਸੋ ਇਸ ਮੌਸਮ ਨੇ ਕਿੱਤੜ ਚੁੱਲੇ ਨੇ ਸੜਕਾਂ 'ਤੇ ਲਗਾਤਾਰ ਗਿੱਲੀਆਂ ਹੋ ਰਹੀਆਂ ਲਗਾਤਾਰ ਮੀਂਹ ਪੈਣ ਦੇ ਕਰਕੇ ਜਨਜੀਵਨ ਖਾਸਾ ਪ੍ਰਭਾਵਿਤ ਹੋਇਆ ਪੰਜਾਬ ਦੇ ਅੰਦਰ ਵੀ ਪਰ ਕੁਦਰਤ ਦੇ ਉੱਤੇ ਜ਼ੋਰ ਕੋਈ ਨਹੀਂ ਜ਼ੋਰ ਤਾਂ ਉਹਨਾਂ ਲੋਕਾਂ ਦੇ ਉੱਤੇ ਨਹੀਂ ਜਿਨ੍ਹਾਂ ਨੂੰ ਵੋਟਾਂ ਪਾਈਆਂ ਤੇ ਕੁਦਰਤ ਦੇ ਮੂਹਰੇ ਸਾਡਾ ਕੀ ਜ਼ੋਰ ਹੋਣਾ ਹੁਣ ਜਿਹੜੀ ਪਹਿਲੀ ਵੱਡੀ ਖਬਰ ਆ ਉਹ ਅਦੂਰੜ ਦੇ ਨਾਲ ਜੁੜੀ ਹੋਈ ਹੈ ਜਦੋਂ ਲਗਾਤਾਰ ਮੀਂਹ ਪੈ ਰਿਹਾ ਇਸ ਕਰਕੇ ਪੱਕੀਆਂ ਫਰਸ਼ਾਂ ਬਣਾਉਣ ਦਾ ਸਿਲਸਿਲਾ ਸਿੰਘੂ ਤੇ ਟਿੱਕਰੀ ਬਾਰਡਰ ਦੇ ਉੱਤੇ ਚੱਲ ਪਿਆ ਤਰਪੈਲਾਂ ਝੋ ਰਹੀਆਂ ਲਗਾਤਾਰ ਮੀਂਹ ਦੀ ਵਾਛੜ ਅੰਦਰ ਆ ਰਹੀਆ ਟਰਾਲੀਗਾਂ ਦੇ ਵਿੱਚ ਤੇ ਅੱਜ ਮੈਨੂੰ ਕਈ ਸੱਜਣਾਂ ਨੇ ਫੋਨ ਕਰਕੇ ਗੱਲ ਦੱਸੀ ਕਹਿੰਦੇ ਵੀ ਸਾਡੀ ਟਰਾਲੀ ਦੇ ਵਿੱਚ ਜਦੋਂ ਪਾਣੀ ਭਰ ਜਾਂਦਾ ਅਸੀਂ ਬਾਲਟਗਾਂ ਦੇ ਨਾਲ ਪਾਣੀ ਕੱਢ ਦਿੰਨੇ ਆ ਉਹ ਕਹਿੰਦੇ ਸਾਡੀਆਂ ਰਜਾਈਆਂ ਭਿੱਜ ਗਈਆਂ ਸਾਡੇ ਕੰਬਲ ਭਿੱਜ ਗਏ ਪਰ ਅਸੀਂ ਅੰਦਰੋਂ ਨਹੀਂ ਭਿੱਜੇ ਅਸੀਂ ਅੰਦਰੋਂ ਇਸ ਕਰਕੇ ਤਾਂ ਭਿੱਜੇ ਪਏ ਹਮਸੂਸੇ ਪਏ ਆ ਵੀ ਸਾਡੀਆਂ ਸਰਕਾਰਾਂ ਕਿਉਂ ਨਹੀਂ ਸੁਣਦੀਆਂ ਪਰ ਉਦਾਂ ਅਸੀਂ ਇਸ ਗੱਲ ਦੇ ਉੱਤੇ ਅਡੇਗਾ ਅੱਜ ਵੀ ਕਿ ਭਾਵੇਂ ਇੱਥੇ ਪਰਲੂ ਆ ਜੇ ਤੇ ਭਾਵੇਂ ਜੋ ਮਰਜ਼ੀ ਹੋ ਜਾਏ ਪਰ ਅਸੀਂ ਹੱਕ ਲੈੇ ਤੋਂ ਬਿਨਾ ਵਾਪਸ ਨਹੀਂ ਜਾਣਾ ਉਹ ਕਹਿੰਦੇ ਸੰਵੇਦਨਸ਼ੀਲ ਹੋਣ ਦੇ ਨਾਤੇ ਕਦੇ-ਕਦੇ ਭਾਵਕ ਹੋ ਜਾਈਦਾ ਵੀ ਸਾਡਾ ਕਸੂਰ ਕੀ ਆ ਅਸੀਂ ਦੇਸ਼ ਦਾ ਢਿੱਡ ਭਰਦੇ ਸਾਡਾ ਇਹ ਕਸੂਰ ਆ ਸਾਨੂੰ ਹਾਲੇ ਵੀ ਇਹ ਗੱਲ ਸਮਝੀ ਜਾਂਦੀ ਆ ਕਿ ਤਾਂ ਜੀ ਕੁਝ ਕੁ ਲੋਕ ਨੇ ਇਹ ਤਾਂ ਜੀ ਬਾਕੀ ਸੂਬਿਆਂ ਨਾਲੋਂ ਵੱਖਰੀ ਸੋਚ ਰੱਖਦੇ ਆ ਪਰ ਉਹ ਕਹਿੰਦੇ ਜੀ ਕਿ ਅਸੀਂ ਹੱਕ ਲੈੇ ਤੋਂ ਬਿਨਾ ਵਾਪਸ ਨਹੀਂ ਜਮੜਨਾ ਇਸੇ ਦਰਮਿਆਨ ਇੱਕ ਖਬਰ ਆਈ ਹੈ ਨਰਿੰਦਰ ਸਿੰਘ ਤੋਮਰ ਦੇ ਰੂਪ ਦੇ ਵਿੱਚ ਤੋਮਰ ਹੁਰਾ ਨੇ 8 ਤਰੀਕ ਦੀ ਮੀਟਿੰਗ ਤੋਂ ਪਹਿਲਾਂ ਇੱਕ ਵੱਡਾ ਬਿਆਨ ਦਿੱਤਾ ਪਰ ਉਹਨਾਂ ਨੇ ਬਿਆਨ ਦੇ ਵਿੱਚ ਉਹੀ ਗੱਲਾਂ ਜਿਹਨੂੰ ਅਸੀਂ ਘੁਣਤਰ ਵੀ ਕਹਿ ਸਕਦੇ ਆ ਜਿਹਨੂੰ ਅਸੀਂ ਇਹ ਵੀ ਗੱਲ ਕਹਿ ਸਕਦੇ ਆ ਜੀ ਕਿ ਉਹਨਾਂ ਨੇ ਪੱਲਾ ਝਾੜਨ ਦੀ ਕੋਸ਼ਿਸ਼ ਕੀਤੀ ਹੈ ਉਹ ਕਹਿੰਦੇ ਜੀ ਕਿ ਸਾਡੀ ਸਰਕਾਰ ਆ ਜਿਹੜੀ ਉਹ ਖੇਤੀ ਕਾਨੂੰਨ ਦੇ ਸਾਰੇ ਮਸਲੇ ਹੱਲ ਕਰਨ ਦੇ ਲਈ ਵਚਨਬੱਧ ਆ ਯਾਨੀ ਕਿ ਕਿਸਾਨੀ ਨਾਲ ਜੁੜੇ ਸਾਰੇ ਮਸਲੇ ਹੱਲ ਕਰਨ ਵਾਸਤੇ ਵਚਨਬੱਧ ਆ ਪਰ ਅਸੀਂ ਕੱਲੇ ਵਿਰੋਧ ਕਰਨ ਵਾਲੇ ਕਿਸਾਨਾਂ ਵੱਲ ਨਹੀਂ ਦੇਖ ਸਕਦੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਆ ਜਿਹੜੇ ਉਹ ਖੇਤੀ ਕਾਨੂੰਨਾਂ ਦੇ ਹੱਕ ਦੇ ਵਿੱਚ ਵੀ ਆ ਅਸੀਂ ਉਹਨਾਂ ਦੇ ਵੱਲ ਵੀ ਸੋਚਣਾ ਉਹਨਾਂ ਦੇ ਵੱਲ ਵੀ ਦੇਖਣਾ ਜੇ ਅਸੀਂ ਸਿਰਫ ਤੇ ਸਿਰਫ ਵਿਰੋਧ ਕਰਨ ਵਾਲਿਆਂ ਦੀ ਗੱਲ ਸੁਣ ਲਈ ਤਾਂ ਜਿਹੜੇ ਪੱਖ ਦੇ ਵਿੱਚ ਆ ਫਿਰ ਉਹਨਾਂ ਨੂੰ ਅਸੀਂ ਦਰਕਿਨਾਰ ਕਰ ਦੇਾਂਗੇ ਇਦਾਂ ਵੀ ਅਸੀਂ ਨਹੀਂ ਕਰਨਾ ਇਸੇ ਦਰਮਿਆਨ ਇੱਕ ਹੋਰ ਖਬਰ ਆਈ ਹੈ ਲੰਘੇ ਕੱਲ ਆਪਾਂ ਖਬਰ ਸਾਂਝੀ ਕੀਤੀ ਸੀ ਕਿ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਹਰਜੀਤ ਸਿੰਘ ਗਰੇਵਾਲ ਤੇ ਸੁਰਜੀਤ ਕੁਮਾਰ ਜਿਆਣੀ ਨੇ ਮੁਲਾਕਾਤ ਕੀਤੀ ਹੈ ਲਗਭਗ 45 ਮਿੰਟ ਦੀ ਇਹ ਮੁਲਾਕਾਤ ਸੀ ਜਿਹੜੀ ਕਿ ਵੱਧ ਕੇ 2 ਘੰਟੇ ਹੋ ਗਈ ਜਦੋਂ ਮੀਟਿੰਗ ਤੋਂ ਬਾਅਦ ਬਾਹਰ ਆਏ ਜਿਆਣੀ ਹੋਰੀ ਤੇ ਗਰੇਵਾਲ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਪੱਤਰਕਾਰਾਂ ਨੂੰ ਇਹ ਗੱਲ ਕਹੀ ਹੈ ਕਿ ਇਸ ਵਕਤ ਜਿਹੜਾ ਕਿਸਾਨ ਅੰਦੋਲਨ ਆਨਾ ਜਿਹੜੇ 40 42 ਜਾਣੇ ਜਾਂਦੇ ਆ ਇਹਨਾਂ ਦੇ ਵਿੱਚ ਕੋਈ ਲੀਡਰਸ਼ਿਪ ਵਾਲੇ ਗੁਣ ਨਹੀਂ ਹੈ ਉਹਨਾਂ ਦੇ ਕਹਿਣ ਦੇ ਮੁਤਾਬਕ ਜਿਹੜਾ ਇਹ ਅਨੁਲੋchnਾ ਇਹ ਲੀਡਰ ਤੋਂ ਸਖਣਾ ਉਹਨਾਂ ਦਾ ਕਹਿਣਾ ਜੀ ਕਿ ਜੇਕਰ ਇਹ 40-42 ਕਿਸਾਨ ਜਿਹੜੇ ਮੀਟਿੰਗ ਕਰਨ ਜਾਂਦੇ ਆ ਇਹ ਹੀ ਜਾਣਗੇ ਤਾਂ ਕਿਸੇ ਮਸਲੇ ਦਾ ਹੱਲ ਨਹੀਂ ਨਿਕਲਣਾ ਤੇ ਜੇਕਰ ਤਿੰਨ ਜਾਂ ਚਾਰ ਇਹਦੇ ਵਿੱਚੋਂ ਚੋਣ ਕਰ ਲਈ ਜਾਵੇ ਕਿ ਆ ਆ ਨੇਤਾ ਗੱਲ ਕਰਨਗੇ ਤਾਂ ਮਸਲੇ ਦਾ ਹੱਲ ਨਿਕਲ ਸਕਦਾ ਪਰ ਮੇਰੇ ਮਨ ਦੇ ਵਿੱਚ ਸਵਾਲ ਇਹ ਉੱਠਦਾ ਵੀ ਸੱਤ ਮੀਟਿੰਗਾਂ ਹੋਗੀਆਂ 40-42ਾਂ ਦੇ ਨਾਲ ਹੀ ਹਰ ਵਾਰ ਮੀਟਿੰਗ ਹੁੰਦੀ ਹੈ ਤੇ ਪ੍ਰਧਾਨ ਮੰਤਰੀ ਸਾਹਿਬ ਨੂੰ ਹੁਣ ਚੇਤੇ ਆਇਆ ਵੇ ਭਾਈ ਬੰਦੇ ਥੋੜੇ ਹੋਣੇ ਚਾਹੀਦੇ ਮੀਟਿੰਗ ਦੇ ਲਈ ਉਹਨਾਂ ਨੂੰ ਹੁਣ ਇਹ ਜ ਆਪਣਣ ਲੱਗ ਪਿਆ ਕਿ ਇਹ ਲੀਡਰ ਵੀ ਹੋਣਾ ਅਸੀਂ ਲੀਡਰ ਵੀ ਹੋਣੇ ਠੀਕ ਆ ਪਰ ਕਿਸਾਨ ਇਹ ਗੱਲ ਕਹਿੰਦੇ ਆ ਵੀ ਸਾਨੂੰ ਆਪਣੀ ਅਗਵਾਈ ਕਰਨ ਵਾਲੇ ਲੋਕਾਂ ਦੇ ਉੱਤੇ ਮਾਨ ਆ ਅੱਜ ਬਲਵੀਰ ਸਿੰਘ ਰਾਜੇਵਾਲ ਦਾ ਮੈਂ ਇੱਕ ਬਿਆਨ ਸੁਣਿਆ ਜਿਹੜਾ ਉਹਨਾਂ ਨੇ ਸਿੰਘੂ ਬਾਰਡਰ ਦੇ ਉੱਤੇ ਦਿੱਤਾ ਮਨ ਮੋਲਿਆ ਉਹ ਕਹਿੰਦੇ ਜੀ ਕਿ ਅਸੀਂ ਇਸ ਵਕਤ ਬਹੁਤ ਵੱਡੀ ਲੜਾਈ ਲੜ ਰਹੇ ਆ ਪਰ ਜਿਹੜੇ ਬੋਰਸ਼ ਜੌਨਸਨ ਜਿਹੜੇ ਕਿ ਭਾਰਤ ਦੇ ਵਿੱਚ ਨਹੀਂ ਆ ਰਹੇ 26 ਜਨਵਰੀ ਦੇ ਮੌਕੇ ਭਾਵੇਂ ਉਹਨਾਂ ਨੇ ਬਹਾਨਾ ਲਾਇਆ ਕਰੋਨਾ ਦਾ ਪਰ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਨਾਲ ਜੋੜ ਕੇ ਬੋਰਸ ਜੌਨਸਨ ਨੇ ਕਿ ਤੁਹਾਡੇ ਦੇਸ਼ ਦੇ ਵਿੱਚ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰਨ ਵਾਲੇ ਕਿਸਾਨਾਂ ਦੇ ਉੱਤੇ ਅਤਿਆਚਾਰ ਕੀਤਾ ਜਾ ਰਿਹਾ ਹੈ। ਇਸ ਗੱਲ ਨੂੰ ਉਹਨਾਂ ਨੇ ਕਿਹਾ ਭਾਰਤ ਦੀ ਸਰਕਾਰ ਨੇ ਲੁਕੋ ਲਿਆ ਤੇ ਉਹ ਗੱਲ ਪੇਸ਼ ਕਰਤੀ ਜਿਹੜੀ ਕਿ ਕਰੋਨਾ ਦੇ ਰੂਪ ਦੇ ਵਿੱਚ ਹੈ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਜਿਹੜੀ ਕਿ ਤੋਮਰ ਹੁਰਾਂ ਦੇ ਹਵਾਲੇ ਨਾਲ ਆਈ ਹੈ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਕਿਸਾਨ ਅੰਦੋਲਨ 42ਵੇਂ ਦਿਨ ਵੀ ਦਿੱਲੀ ਦੀਆਂ ਵੱਖ-ਵੱਖ ਹੱਦਾਂ ਦੇ ਉੱਤੇ ਜਾਰੀ ਰਿਹਾ। ਇਸ ਦੌਰਾਨ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਭਾਰਤ ਸਰਕਾਰ ਕਿਸਾਨਾਂ ਦੇ ਹਿੱਤਾਂ ਨੂੰ ਸਮਰਪਿਤ ਹੈ। ਉਨਾ ਕਹਾਂ ਕਿ ਜਿਹੜੇ ਕਿਸਾਨ ਇਨ੍ਹਾਂ ਕਾਨੂੰਨਾਂ ਦਾ ਸਮਰਥਨ ਕਰ ਰਹੇ ਨੇ ਤੇ ਜਿਹੜੇ ਵਿਰੋਧ ਕਰ ਰਹੇ ਨੇ ਅਸੀਂ ਦੋਵਾਂ ਨੂੰ ਹੀ ਮਿਲ ਰਹੇ ਹਾਂ ਖੇਤੀਬਾੜੀ ਕਾਨੂੰਨਾਂ ਦਾ ਸਮਰਥਨ ਕਰਨ ਵਾਲੇ ਕਿਸਾਨਾਂ ਦੀ ਗਿਣਤੀ ਵੀ ਕਾਫੀ ਹੈ ਅਸੀਂ ਕਿਸਾਨਾਂ ਦੇ ਮਸਲਿਆਂ ਦੇ ਹੱਲ ਦੇ ਵਿੱਚ ਲੱਗੇ ਹੋਏ ਹਾਂ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਸਾਨੂੰ ਪੂਰਾ ਯਕੀਨ ਹੈ ਕਿ ਪ੍ਰਦਰਸ਼ਨ ਕਰ ਰਹੀਆਂ ਕਿਸਾਨ ਜਥੇਬੰਦੀਆਂ ਕਿਸਾਨਾਂ ਦੇ ਹਿੱਤਾਂ ਬਾਰੇ ਸੋਚਣਗੀਆਂ ਤੇ ਕਿਸੇ ਹੱਲ ਦੇ ਉੱਤੇ ਪਹੁੰਚਣ ਗਿਆ ਦੱਸਣਾ ਬਣਦਾ ਹੈ ਕਿ ਖੇਤੀਬਾੜੀ ਮੰਤਰੀ ਦਾ ਇਹ ਬਿਆਨ ਉਸ ਵਕਤ ਆਇਆ ਜਦੋਂ ਟਰੈਕਟਰ ਮਾਰਚ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਇਸ ਕਰਕੇ ਦੱਸਣਾ ਬਣਦਾ ਹੈ ਕਿ ਪਹਿਲਾਂ ਇਹ ਟਰੈਕਟਰ ਮਾਰਚ 6 ਜਨਵਰੀ ਨੂੰ ਹੋਣਾ ਸੀ ਪਰ ਖਰਾਬ ਮੌਸਮ ਦੀ ਭਵਿੱਖਬਾਣੀ ਦੇ ਕਰਕੇ ਇਸ ਨੂੰ ਇੱਕ ਦਿਨ ਦੇ ਲਈ ਮੁਲਤਵੀ ਕਰ ਦਿੱਤਾ ਗਿਆ ਤੇ ਇਹ ਅੱਜ ਯਾਨੀ ਕਿ 7 ਤਰੀਕ ਨੂੰ ਕੱਢਿਆ ਜਾ ਰਿਹਾ ਹੁਣ ਇਹ ਟਰੈਕਟਰ ਮਾਰਚ ਸਿੰਘੂ ਟਿੱਕਰੀ ਗਾਜ਼ੀਪੁਰ ਤੇ ਸ਼ਾਹਜਹਾਂਪੁਰ ਦੇ ਸਾਰੇ ਪ੍ਰਦਰਸ਼ਨ ਸਥਾਨਾਂ ਤੋਂ ਕੁੰਡਲੀ ਮੈਨਸਰ ਪਲਵਲ ਕੱਢਿਆ ਜਾਊਗਾ ਕਿਸਾਨ ਯੂਨੀਅਨਾਂ ਨੇ ਇਹ ਗੱਲ ਕਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤਿੰਨੋਂ ਖੇਤੀ ਕਾਨੂੰਨਾਂ ਦੇ ਖਿਲਾਫ ਲਹਿਰ ਤੇਜ਼ ਕਰ ਦਿੱਤੀ ਜਾਵੇਗੀ ਇੱਕ ਕਿਸਾਨ ਆਗੂ ਨੇ ਇਹ ਗੱਲ ਕਹੀ ਹੈ ਕਿ ਦਿੱਲੀ ਦੇ ਲਈ ਪ੍ਰਸਤਾਵਿਤ ਇੱਕ ਹੋਰ ਟਰੈਕਟਰ ਮਾਰਚ ਬਾਰੇ ਅਸੀਂ ਕਿਹਾ ਅਸੀਂ ਹਰਿਆਣਾ ਦੇ ਹਰ ਪਿੰਡ ਤੋਂ 10 ਟਰੈਕਟਰ ਟਰਾਲੀਆਂ ਭੇਜਾਂਗੇ ਅਸੀਂ ਲੋਕਾਂ ਨੂੰ ਬੇਨਤੀ ਕਰਦੇ ਹਾਂ ਕਿ ਹਰ ਘਰ ਤੋਂ ਘੱਟੋ-ਘੱਟ ਇੱਕ ਵਿਅਕਤੀ ਤੇ ਇੱਕ ਪਿੰਡ ਤੋਂ 11 ਔਰਤਾਂ ਜ਼ਰੂਰ ਇਸ ਮਾਰਚ ਦੇ ਵਿੱਚ ਹਿੱਸਾ ਲੈਣ ਇਸ ਖਬਰ ਦੇ ਉੱਤੇ ਟਿੱਪਣੀ ਕਰਨ ਲਿਆ ਦੋਸਤੋ ਪਹਿਲੀ ਗੱਲ ਤਾਂ ਸੀ ਕਹਾਂਗੇ ਕਿ ਸਿੰਘੂ ਟਿਕਰੀ ਤੇ ਗਾਜ਼ੀਪੁਰ ਤੋਂ ਕਈ ਖਬਰਾਂ ਇਹੋ ਜਿਹੀਆਂ ਆਉਂਦੀਆਂ ਜਿਨ੍ਹਾਂ ਨੂੰ ਸੁਣ ਕੇ ਪੜ੍ਹ ਕੇ ਆਪਣੇ ਆਪ ਬੰਦਾ ਭਾਵੁਕ ਹੋ ਜਾਂਦਾ ਵੀ ਯਾਰ ਇਹ ਵੀ ਇੱਕ ਜਜ਼ਬਾ ਇਹ ਵੀ ਇੱਕ ਜੋਸ਼ ਆ ਇਹ ਵੀ ਇੱਕ ਜਨੂਨ ਆ ਤੇ ਇਹ ਸਾਡੇ ਕਿਸਾਨ ਵੀਰਾਂ ਦੇ ਹਿੱਸੇ ਦੇ ਵਿੱਚ ਹੀ ਆਇਆ ਮੈਂ ਇੱਕ ਐਨੀਮੇਟਿਡ ਵੀਡੀਓ ਦੇਖੀ ਲੱਗੇ ਕੱਲ ਉਹ ਫੇਸਬੁਕ ਦੇ ਉੱਤੇ ਸਾਂਝੀ ਹੋਈ ਸੋਸ਼ਲ ਮੀਡੀਆ ਦੇ ਬਾਕੀ ਵੱਖ-ਵੱਖ ਹਿੱਸਿਆਂ ਵਿੱਚ ਸਾਂਝੀ ਹੋਈ ਚੰਗੀ ਗੱਲ ਆ ਇਹੋ ਜਿਹਿਆਂ ਵੀ ਵੰਡੀਆਂ ਚਾਹੀਦੀਆਂ ਵੀਡੀਓ ਉਹਦੇ ਵਿੱਚ ਇੱਕ ਕਿਸਾਨ ਆ ਜਿਹੜਾ ਉਹ ਆਪਣੀ ਟਰਾਲੀ ਦੇ ਵਿੱਚ ਬੈਠਾ ਤਰਪੈਲ ਪਈ ਹੋਈ ਆ ਤਰਪੈਲ ਦੇ ਵਿੱਚ ਇੱਕ ਛੋਟਾ ਜਿਹਾ ਮੋਰਾ ਹੈਗਾ ਰਾਹ ਰੱਖਿਆ ਹੋਇਆ ਬਾਹਰ ਬੱਦਲ ਲਸ਼ਕਰਿਆ ਮੋಳೆ ਧਰਮੀ ਵਰ ਰਿਹਾ ਲਾਲਟਣ ਜਗ ਰਹੀ ਆ ਤੇ ਉਹ ਕਿਸਾਨ ਆ ਜਿਹੜਾ ਉਹ ਅੱਖਾਂ ਬੰਦ ਕਰਕੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਿਹਾ ਇਹ ਸੱਚੀ ਮੁੱਚੀ ਜਜ਼ਬਾ ਕਮਾਲ ਦਾ ਇਹ ਭਾਵ ਕਰਨ ਵਾਲੀਆਂ ਗੱਲਾਂ ਵੀ ਉਹ ਸਾਡੇ ਉੱਤੇ ਅਤਿਆਚਾਰ ਕਰ ਰਹੇ ਆ ਅਸੀਂ ਲਗਾਤਾਰ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੇ ਹਾਂ ਸ਼ਾਂਤਮਈ ਤਰੀਕੇ ਨਾਲ ਅਸੀਂ ਉੱਥੇ ਪੱਤਾ ਵੀ ਨਹੀਂ ਤੋੜ ਰਹੇ ਉਹ ਕਹਿੰਦੇ ਜੀ ਕਿ ਇਹ ਅਸੁਰੱਖਿਆ ਪੈਦਾ ਕਰਨਗੇ ਇਹ ਤਾਂ ਜੀ ਖਤਰਨਾਕ ਹਨ ਪਰ ਅਸੀਂ ਕੋਈ ਕਿਸੇ ਦਾ ਕੁਝ ਵਿਗਾੜ ਨਹੀਂ ਰਹੇ ਦੂਜੀ ਮਹੱਤਵਪੂਰਨ ਗੱਲ ਇਹ ਹੈਗੀ ਹੈ ਕਿ ਲਗਾਤਾਰ ਕਿਸਾਨਾਂ ਦੀ ਮੌਤ ਹੋ ਰਹੀ ਹੈ ਲਗਾਤਾਰ ਕਿਸਾਨ ਸ਼ਹੀਦ ਹੋ ਰਹੇ ਆ ਇਹਨੇ ਇੱਕ ਸਾਲਾਂ ਦੇ ਸ਼ਹੀਦ ਹੋਣ ਤੋਂ ਬਾਅਦ ਵੀ ਕੇਂਦਰ ਦੀ ਸਰਕਾਰ ਜਾਗਦੀ ਨਹੀਂ ਬਰਨਾਲੇ ਦੇ ਵੱਲੋਂ ਇੱਕ ਕਿਸਾਨ ਨੂੰ ਦਿਲ ਦਾ ਦੌਰਾ ਪੈਣ ਦੇ ਕਰਕੇ ਬਚਾਇਆ ਨਹੀਂ ਜਾ ਸਕਿਆ ਉਸ ਵਿਚਾਰੇ ਦੀ ਮੌਤ ਹੋ ਗਈ ਹੈ ਉਸ ਤੋਂ ਅਗਲੀ ਗੱਲ ਇਹ ਆ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਜਿਹੜੀਆਂ ਉਹਦਾਂ ਦੇ ਅਧੀਨ ਸਕੂਲ ਚੱਲਦੇ ਆ ਤੇ ਸਕੂਲਾਂ ਦੀਆਂ ਬੱਸਾਂ ਨੇ ਉਹਨਾਂ ਦੇ ਵਿੱਚ ਵੀ ਹੁਣ ਜਿਵੇਂ ਆਪਾਂ ਬਾਹਰ ਵੀ ਕਈ ਥਾਵਾਂ ਤੇ ਦੇਖਦੇ ਆ ਕਿ ਰਾਤ ਦੇ ਵੇਲੇ ਜਿਹੜੀਆਂ ਮੋਬਾਈਲ ਸੌਣ ਵਾਲਾ ਜਿਹੜਾ ਉਹ ਥਾਂ ਬਣਾਇਆ ਜਾਂਦਾ ਉਹ ਬਿਲਕੁਲ ਉਸੇ ਰੂਪ ਦੇ ਵਿੱਚ ਉਹਨਾਂ ਬੱਸਾਂ ਦੇ ਵਿੱਚ ਗੱਦੇ ਲਾ ਦਿੱਤੇ ਗਏ ਆ ਉਹਨਾਂ ਬੱਸਾਂ ਦੇ ਵਿੱਚ ਹੁਣ ਸਹਰਾਣੇ ਰੱਖ ਦਿੱਤੇ ਗਏ ਆ ਯਾਨੀ ਕਿ ਮੀਂਹ ਕਣੀ ਤੋਂ ਬਚਾਉਣ ਦੇ ਲਈ ਹੁਣ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀਆਂ ਬੱਸਾਂ ਨੂੰ ਅਸਥਾਈ ਤੌਰ ਦੇ ਉੱਤੇ ਕਿਸ ਨਾੜਾ ਰਹਿਣ ਬਸੇਰਾ ਬਣਾ ਦਿੱਤਾ ਧੰਨਵਾਦ ਇਹ ਵੀ ਇੱਕ ਬਹੁਤ ਚੰਗੀ ਗੱਲ ਹੈ ਉਸ ਤੋਂ ਅਗਲੀ ਗੱਲ ਇਹ ਹੈ ਜੀ ਕਿ ਪੱਕੇ ਤੌਰ ਦੇ ਉੱਤੇ ਸ਼ੈੱਡਾਂ ਜਿਹੜੇ ਸਿੰਘੂ ਤੇ ਟਿੱਕਰੀ ਬਾਰਡਰ ਦੇ ਉੱਤੇ ਪੈਣੇ ਸ਼ੁਰੂ ਹੋ ਗਏ ਆ ਸਾਡੇ ਅੱਜ ਇੱਕ ਸੱਜਣ ਨੇ ਫੋਨ ਕੀਤਾ ਉਹ ਕਹਿੰਦੇ ਵੀ ਟਿੱਕਰੀ ਬਾਰਡਰ ਦੇ ਉੱਤੇ ਬੋਰ ਕਰਨ ਦਾ ਕੰਮ ਵੀ ਸ਼ੁਰੂ ਹੋ ਗਿਆ ਕਿਉਂਕਿ ਪਾਣੀ ਦੀ ਸਮੱਸਿਆ ਆਉਂਦੀ ਆ ਕੀ ਪਤਾ ਕਿੰਨਾ ਚਿਰ ਇੱਥੇ ਬਹਿਣਾ ਪਵੇ ਹਰ ਰੋਜ਼ ਤਾਂ ਕੇ ਬੋਰ ਵੀ ਆਪਦਾ ਹੀ ਇੱਥੇ ਹੋਣ ਲੱਗ ਪਏ ਆ ਵੀ ਪਾਣੀ ਦਾ ਪ੍ਰਬੰਧ ਵੀ ਹੁਣ ਆਪਦਾ ਹੀ ਕਰੋ ਯਾਨੀ ਕਿ ਬਹੁਤ ਵੱਡੇ ਪ੍ਰਬੰਧ ਇਸ ਵਕਤ ਉੱਥੇ ਹੋ ਰਹੇ ਆ ਤੇ ਉਸ ਤੋਂ ਅਗਲੀ ਗੱਲ ਇਹ ਆ ਵੀ ਜਿਹੜੀ ਤੋਮਰ ਸਾਹਿਬ ਨੇ ਕਹੀ ਆ ਮੈਂ ਹੈਰਾਨ ਆ ਇਸ ਗੱਲ ਦੇ ਉੱਤੇ ਉਹ ਕਹਿੰਦੇ ਵੀ ਵੱਡੀ ਗਿਣਤੀ ਚ ਕਿਸਾਨ ਇਨ੍ਹਾਂ ਕਾਨੂੰਨਾਂ ਦੇ ਹੱਕ ਦੇ ਵਿੱਚ ਵੀ ਆ ਇਹ ਆਪੇ ਖੜੀਆਂ ਕੀਤੀਆਂ ਹੋਈਆਂ ਜੱਥੇਬੰਦੀਆਂ ਜਿਹੜੀਆਂ ਨੇ ਇਹ ਗੱਲ ਕਹੀ ਆ ਜੀ ਕਿ ਅਸੀਂ ਖੇਤੀ ਕਾਨੂੰਨਾਂ ਦੇ ਹੱਕ ਦੇ ਵਿੱਚ ਆ ਜਿਹੜੀਆਂ ਜਥੇਬੰਦੀਆਂ ਵਿਰੋਧ ਕਰ ਰਹੀਆਂ 500 ਤੋਂ ਵੱਧ ਭਾਰਤ ਦੀਆਂ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਉਹਨਾਂ ਦੀ ਬਾਤ ਨਹੀਂ ਪੈਂਦੀ ਆ ਜਿਹੜੀਆਂ ਇਕੜ-ਦੁੱਕੜ ਆ ਜਿਹੜੀਆਂ ਲੱਲੀ-ਛੱਲੀ ਜੀਆਂ ਜਥੇਬੰਦੀਆਂ ਉਹ ਜਦੋਂ ਵੀ ਆਉਂਦੀਆਂ ਤਾਂ ਖਬਰ ਬਣਦੀ ਹੈ ਕਿ ਇੱਕ ਜਥੇਬੰਦੀ ਨੇ ਉੱਤਰਾਖੰਡ ਦੇ ਵਿੱਚੋਂ ਆ ਕੇ ਕਿਸਾਨਾਂ ਦੇ ਕਾਨੂੰਨ ਦੇ ਹੱਕ ਦੇ ਵਿੱਚ ਸਮਰਥਨ ਕੀਤਾ ਫਿਰ ਇੱਕ ਆਉਂਦੀ ਆ ਜੀ ਇਹ ਗੁਆ ਤੋਂ ਆਗੇ ਕਿਸਾਨ ਫਿਰ ਯੂਪੀ ਦੇ ਵਿੱਚੋਂ ਵੀ ਆ ਜਾਂਦੇ ਆ ਉਹਨਾਂ ਦਾ ਖਿਆਲ ਕਰਨਾ ਚਾਹੀਦਾ ਜਿਹੜੇ ਕਿ ਇਸ ਵਕਤ ਲਗਾਤਾਰ 40 ਦਿਨ ਤੋਂ ਵੱਧ ਦਾ ਸਮਾਂ ਹੋ ਗਿਆ ਸੜਕਾਂ ਦੇ ਉੱਤੇ ਬੈਠੇ ਆ ਤੇ ਜੇਕਰ ਆਪਾਂ ਇਹ ਗੱਲ ਕਹੀ ਗਏ ਵੀ ਸਮਰਥਨ ਦੇ ਵਿੱਚ ਬਹੁਤ ਆ ਇਹ ਤਾਂ ਇਹ ਵੀ ਹੋ ਸਕਦਾ ਵੀ ਉਹ ਆਪੇ ਖੜੇ ਕੀਤੇ ਹੋਣ ਇਸ ਕਰਕੇ ਲੱਗਦਾ ਇਹ ਆ ਵੀ ਕੇਂਦਰ ਦੀ ਸਰਕਾਰ ਨੇ 8 ਤਰੀਕ ਨੂੰ ਵੀ ਕੋਈ ਲੜਪੱਲਾ ਨਹੀਂ ਫੜਾਉਣਾ ਮੇਰਾ ਨਿੱਜੀ ਤੌਰ ਦੇ ਉੱਤੇ ਇਹ ਖਿਆਲ ਆ ਮੈਂ ਚਾਹੁੰਦਾ ਕਿ ਮੇਰਾ ਇਹ ਖਿਆਲ ਗਲਤ ਸਾਬਤ ਹੋਵੇ ਪਰ ਜੇਕਰ ਉਹਨਾਂ ਦੇ ਵੱਲੋਂ ਲੜਪੱਲਾ ਨਹੀਂ ਫੜਾਇਆ ਜਾਂਦਾ ਤੰਮ ਹੌਲਾ ਜਿਹੜਾ ਉਹ ਹੋਰ ਤਿੱਖਾ ਹੋ ਜਾਣਾ ਤੇ ਉਸ ਤੋਂ ਅਗਲੀ ਗੱਲ ਇਹ ਹੈ ਵੀ ਜੇਕਰ ਹਾਲੇ ਵੀ ਇਹ ਗੱਲ ਕਹੀ ਜਾਂਦੀ ਆ ਕਿ ਕਿਸਾਨਾਂ ਦੇ ਕੋਲੇ ਆਗੂ ਕੋਈ ਨਹੀਂ ਤੇ ਫਿਰ ਆਗੂ ਤੋਂ ਬਿਨਾ ਜਿਹੜੇ ਲੋਕ ਆਉਂਦੇ ਆ ਤੇ ਉਹਨਾਂ ਦੇ ਨਾਲ ਮੀਟਿੰਗ ਕਿਹੜੀ ਗੱਲੋਂ ਕਰਦੇ ਆ ਜੇ ਤੁਸੀਂ ਇਹਨਾਂ ਨੂੰ ਸਾਡੇ ਆਗੂ ਨਹੀਂ ਮੰਨਦੇ ਸਾਨੂੰ ਤਾਂ ਮਾਨਾ ਰਾਜੇਵਾਲ ਹੋਰਾਂ ਦੇ ਉੱਤੇ ਵੀ ਸਾਨੂੰ ਮਾਨ ਉਗਰਾਹਾਂ ਦੇ ਉੱਤੇ ਵੀ ਆ ਸਾਨੂੰ ਮਾਨ ਡਾਕਟਰ ਦਰਸ਼ਨਪਾਲ ਦੇ ਉੱਤੇ ਵੀ ਆ ਸਾਨੂੰ ਮਾਨ ਪੰਦੇਰ ਹੋਰਾਂ ਦੇ ਉੱਤੇ ਵੀ ਆ ਸਾਨੂੰ ਬਾਕੀ ਵੀ ਸਾਰਿਆਂ ਦੇ ਉੱਤੇ ਮਾਨ ਆ ਪਰ ਜੇਕਰ ਤੁਹਾਨੂੰ ਕੋਈ ਵਿਚ ਵਿਚਾਲੇ ਕਮੀ ਪੇਸ਼ੀ ਲੱਗਦੀ ਆ ਫਿਰ ਤੁਸੀਂ ਇਹਨਾਂ ਨੂੰ ਮੀਟਿੰਗ ਦੇ ਵਿੱਚ ਕਿਹੜੀ ਗੱਲੋਂ ਬੁਲਾਉਨੇ ਕਰਕੇ ਤੁਹਾਨੂੰ ਇਸ ਗੱਲ ਦਾ ਪਤਾ ਲੱਗਾ ਵੀ ਇੱਥੇ ਜੀ ਆਗੂ ਕੋਈ ਹੈ ਨਹੀਂਗਾ ਤੇ ਇਹਨਾਂ ਦੇ ਨਾਲ ਮਿਲ ਕੇ ਇਹਨੇ ਬੰਦਿਆਂ ਦੇ ਨਾਲ ਮਿਲ ਕੇ ਮੀਟਿੰਗ ਕਰਕੇ ਕਿਸੇ ਮਸਲੇ ਦਾ ਹੱਲ ਨਹੀਂ ਨਿਕਲਣਾ ਤਿੰਨ ਚਾਰ ਇਹਦੇ ਵਿੱਚੋਂ ਚੁਣੀਏ ਮਤਲਬ ਇਹ ਹੈ ਕਿ ਹਾਲੇ ਤੱਕ ਨੀਤਾਂ ਤੇ ਨੀਤੀਆਂ ਸਪਸ਼ਟ ਨਹੀਂ ਕੇਂਦਰ ਦੀ ਸਰਕਾਰ ਦੀਆਂ ਸੁਪਰੀਮ ਕੋਰਟ ਤੱਕ ਮਾਮਲਾ ਪਹੁੰਚ ਗਿਆ ਕਿਸਾਨ ਅੰਦੋਲਨ ਦਾ ਆਪਾਂ ਸਾਰੇ ਜਾਣਦੇ ਹਾਂ ਕੁਝ ਕ ਸਮੇਂ ਤੋਂ ਮਾਨਯੋਗ ਸੁਪਰੀਮ ਕੋਰਟ ਨੇ ਕੁਝ ਕ ਦਿਨ ਪਹਿਲਾਂ ਜਦੋਂ ਸੁਣਵਾਈ ਕੀਤੀ ਸੀਗੀ ਉਦੋਂ ਇਹ ਗੱਲ ਕਹੀ ਸੀ ਕਿ ਕਿਸਾਨ ਆਪਣੀ ਥਾਂ ਦੇ ਉੱਤੇ ਸਹੀ ਹੈ ਸ਼ਾਂਤਮਈ ਤਰੀਕੇ ਦੇ ਨਾਲ ਪ੍ਰਦਰਸ਼ਨ ਕਰਨ ਵਾਲੇ ਕਿਸਾਨਾਂ ਦੇ ਉੱਤੇ ਜਾਂ ਕਿਸੇ ਵੀ ਬੰਦੇ ਦੇ ਉੱਤੇ ਪੁਲਸੀਆ ਬਲ ਦਾ ਇਸਤੇਮਾਲ ਨਹੀਂ ਹੋ ਸਕਦਾ ਇਹ ਗੱਲ ਉਹਨਾਂ ਨੇ ਕਹੀ ਸੀ ਉਸ ਤੋਂ ਬਾਅਦ ਆਪਾਂ ਜਾਣਦੇ ਹਾਂ ਕਿ ਸੁਪਰੀਮ ਕੋਰਟ ਤੱਕ ਵਾਰ-ਵਾਰ ਕੇਂਦਰ ਦੀ ਸਰਕਾਰੀ ਪਹੁੰਚ ਕਰ ਰਹੀ ਹੈ ਵੀ ਜੇਕਰ ਸਾਡੇ ਕਈ ਨਹੀਂ ਕਿਸਾਨ ਉੱਠਦੇ ਤਾਂ ਵਾਇਆ ਸੁਪਰੀਮ ਕੋਰਟ ਅਸੀਂ ਉਠਾਉਣ ਦੀ ਕੋਸ਼ਿਸ਼ ਕਰਗੇ ਪਰ ਜਿਹੜੇ ਕਿਸਾਨ ਨੇ ਇਹਨਾਂ ਦੇ ਵੱਲੋਂ ਤਾਂ ਪਾਰਟੀ ਵੀ ਨਹੀਂ ਬਣਿਆ ਗਿਆ ਪਰ ਉਹਨਾਂ ਕਿਸਾਨਾਂ ਨੇ ਇਹ ਵੀ ਗੱਲ ਕਹੀ ਆ ਆਪਣੇ ਵਕੀਲਾ ਨੂੰ ਕਿ ਤੁਸੀਂ ਸੁਪਰੀਮ ਕੋਰਟ ਦੇ ਵਿੱਚ ਉਤਰ ਦਿਓ ਕਿ ਅਸੀਂ ਪਾਰਟੀ ਨਹੀਂ ਬਣਾਉਣਾ ਚਾਹੁੰਦੇ ਇਹ ਤਾਂ ਜੀ ਸਾਨੂੰ ਕੇਂਦਰ ਦੀ ਸਰਕਾਰ ਨੇ ਹੀ ਨਾ ਸੁਝਾ ਕੇ ਤੇ ਪਾਰਟੀ ਬਣਾ ਕੇ ਰੱਖ ਦਿੱਤਾ ਅਸੀਂ ਪਾਰਟੀ ਇਸ ਧਰਦੀ ਨਹੀਂ ਆ ਅਸੀਂ ਤਾਂ ਇਹ ਚਾਹੁੰਨੇ ਜੀ ਖੇਤੀ ਕਾਨੂੰਨ ਵਾਪਸ ਹੋਣ ਅਸੀਂ ਤਾਂ ਬਿਲਕੁਲ ਰਾਹ ਨਹੀਂ ਰੋਕੇਗੇ ਇਹ ਤਾਂ ਪੁਲਿਸ ਨੇ ਰਾਹ ਰੋਕੇ ਆ ਅਸੀਂ ਤਾਂ ਸਿੱਧੇ ਅੱਗੇ ਤੁਰੇ ਜਾਂਦੇ ਸੀ ਇਹਨਾਂ ਨੇ ਵਿਗਨ ਪਾਇਆ ਸਾਡੇ ਜਾਣ ਦੇ ਵਿੱਚ ਅਸੀਂ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰਦੇ ਸੀ ਇਹਨਾਂ ਨੇ ਡਾਂਗਾ ਭਰਾਈਆਂ ਅਸੀਂ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰਦੇ ਸੀ ਇਹਨਾਂ ਨੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਅਥਰੂ ਗੈਸ ਦੇ ਗੋਲੇ ਸੱਟੇ ਆ ਸਾਡੀ ਗਲਤੀ ਕਿੱਥੇ ਆ ਸੋ ਇਹ ਪਤਾ ਲੱਗਾ ਜੀ ਕਿ ਲੰਘੇ ਕੱਲ ਇੱਕ ਵਾਰ ਫੇਰ ਮਾਨਯੋਗ ਸੁਪਰੀਮ ਕੋਰਟ ਦੇ ਵੱਲੋਂ ਇਸ ਮਸਲੇ ਦੇ ਉੱਤੇ ਸੁਣਵਾਈ ਕੀਤੀ ਗਈ ਹੈ ਪਰ ਇਹ ਨਾ ਹੋਇਆ ਵਰਗੀ ਸੀ ਕਿਉਂਕਿ ਮੁੱਖ ਜੱਜ ਚੀਫ ਜਸਟਿਸ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਹਾਲਾਤ ਸੁਧਰੇ ਨਹੀਂ ਹਾਲਾਤ ਪਹਿਲਾਂ ਦੀ ਵਾਂਗ ਹੀ ਆ ਇਸ ਕਰਕੇ ਅਗਲੀ ਸੁਣਵਾਈ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸੋਮਵਾਰ ਦੇ ਉੱਤੇ ਪਾਈ ਜਾਂਦੀ ਹੈ ਮਹਾਂ ਸੋਮਵਾਰ ਨੂੰ ਮਾਨਯੋਗ ਜੱਜ ਸਾਹਿਬਾਨ ਕੀ ਇਸ ਮਸਲੇ ਦੇ ਉੱਤੇ ਵਿਚਾਰ ਦੰਦੇ ਆ ਕਿ ਕਿਸਾਨ ਅੰਦੋਲਨ ਦੇ ਮੁਤਲਕ ਕੋਈ ਨਾ ਕੋਈ ਵਡਮੁੱਲਾ ਵਿਚਾਰ ਦੇਣਗੇ ਕਿ ਉਹਨਾਂ ਦੇ ਵੱਲੋਂ ਮੋੜ ਕਟਾਇਆ ਜਾਊਗਾ ਇਹ ਵਕਤ ਬਿਆਨ ਕਰੂਗਾ ਪਰ ਜਿਹੜੀ ਕਾਰਵਾਈ ਲੰਘੇ ਕੱਲ ਸੁਪਰੀਮ ਕੋਰਟ ਦੇ ਵਿੱਚ ਹੋਈ ਹੈ ਤੇ ਜੋ ਜੋ ਗੱਲਾਂ ਚੀਫ ਜਸਟਿਸ ਬੋਬੜੇ ਹੁਰਾ ਨੇ ਕਹੀਆਂ ਪਹਿਲਾਂ ਉਹਨਾਂ ਦਾ ਵੇਰਵਾ ਸਾਂਝਾ ਕਰਦੇ ਆ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੇ ਸਬੰਧ ਦੇ ਵਿੱਚ ਕਿਸਾਨਾਂ ਦਾ ਅੰਦੋਲਨ ਜਾਰੀ ਹੈ 8 ਜਨਵਰੀ ਨੂੰ ਕਿਸਾਨਾਂ ਨਾਲ ਸਰਕਾਰ ਦੀ ਗੱਲਬਾਤ ਦਾ 8ਵਾਂ ਦੌਰ ਹੋਣਾ ਇਸ ਦੌਰਾਨ ਚੀਫ ਜਸਟਿਸ ਆਫ ਇੰਡੀਆ ਐਸ ਏ ਬੋਬੜੇ ਨੇ ਕਿਸਾਨ ਅੰਦੋਲਨ ਦੇ ਉੱਤੇ ਪ੍ਰਤੀਕਿਰਿਆ ਦਿੱਤੀ ਹੈ ਸੁਪਰੀਮ ਕੋਰਟ ਦੇ ਮੁਖ ਜੱਜ ਬੋਬੜੇ ਨੇ ਕਿਹਾ ਕਿ ਹਾਲੇ ਤੱਕ ਹਾਲਾਤ ਦੇ ਵਿੱਚ ਕੋਈ ਸੁਧਾਰ ਨਹੀਂ ਹੋਇਆ ਅਸੀਂ ਸਥਿਤੀ ਨੂੰ ਸਮਝਦੇ ਹਾਂ ਤੇ ਚਾਹੁੰਦੇ ਹਾਂ ਕਿ ਇਸ ਮਸਲੇ ਨੂੰ ਗੱਲਬਾਤ ਰਾਹੀਂ ਹੱਲ ਕੀਤਾ ਜਾਵੇ ਸੀਜੀਆਈ ਨੇ ਕਿਹਾ ਕਿ ਕਿਸਾਨ ਅੰਦੋਲਨ ਦੇ ਕੇਸ ਦੀ ਸੁਣਵਾਈ ਸੋਮਵਾਰ ਨੂੰ ਅਦਾਲਤ ਵਿੱਚ ਹੋਵੇਗੀ ਸਰਕਾਰ ਦੀ ਤਰਫੋਂ ਸਲਿਸਟਰ ਜਨਰਲ ਤੁਸ਼ਾਰਮਈਤਾ ਤੇ ਅਟਾਰਨੀ ਜਨਰਲ ਕੇਕੇ ਵੇਣੂ ਗੋਪਾਲ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਇਹ ਰੁਕਾਵਟ ਜਲਦੀ ਹੀ ਖਤਮ ਹੋ ਜਾਵੇਗੀ ਕੁਝ ਵਕੀਲਾਂ ਨੇ ਨਵੇਂ ਖੇਤੀਬਾੜੀ ਕਾਨੂੰਨਾਂ ਦੀ ਸੰਵਿਧਾਨਕ ਯੋਗਤਾ ਦੇ ਸਬੰਧ ਦੇ ਵਿੱਚ ਇੱਕ ਜਨਹਿਤ ਪਟੀਸ਼ਨ ਦਾਇਰ ਕੀਤੀ ਹੈ ਇਹ ਸੁਣਦਿਆਂ ਸੁਪਰੀਮ ਕੋਰਟ ਨੇ ਇੱਕ ਟਿੱਪਣੀ ਕੀਤੀ ਹੈ ਅਦਾਲਤ ਨੇ ਕਿਹਾ ਕਿ ਅਸੀਂ ਸੋਮਵਾਰ ਨੂੰ ਕਿਸਾਨ ਅੰਦੋਲਨ ਤੇ ਖੇਤੀਬਾੜੀ ਕਾਨੂੰਨਾਂ ਦੀ ਅਰਜ਼ੀ ਦੇ ਉੱਤੇ ਸੁਣਵਾਈ ਕਰਾਂਗੇ ਕਿਉਂਕਿ ਸਾਨੂੰ ਸਥਿਤੀ ਦੇ ਵਿੱਚ ਕੋਈ ਤਬਦੀਲੀ ਦਿਖਾਈ ਨਹੀਂ ਦੇ ਰਹੀ ਇਸ ਦੇ ਨਾਲ ਹੀ ਸਰਕਾਰ ਨੇ ਸੁਣਵਾਈ ਮੁਲਤਵੀ ਕਰਨ ਦੀ ਅਪੀਲ ਕੀਤੀ ਹੈ ਸੋ ਲਿਸਟਰ ਜਨਰਲ ਤੁਸ਼ਾਰ ਮਹਿਤਾ ਸਰਕਾਰ ਵੱਲੋਂ ਪੇਸ਼ ਹੋਏ ਉਹਨਾਂ ਨੇ ਕਿਹਾ ਫਿਲਹਾਲ ਕਿਸ ਨਾਲ ਗੱਲਬਾਤ ਚੱਲ ਰਹੀ ਹੈ ਇਸ ਲਈ ਅਦਾਲਤ ਨੂੰ ਇਸ ਮਾਮਲੇ ਦੀ ਸੁਣਵਾਈ ਮੁਲਤਵੀ ਕਰਨੀ ਚਾਹੀਦੀ ਹੈ 18ਵੀਂ ਜਨਰਲ ਕੇਕੇ ਵਿਨੂ ਗੋਪਾਲ ਨੇ ਕਿਹਾ ਸਾਨੂੰ ਆਸ ਹੈ ਕਿ ਦੋਵੇਂ ਧਿਰਾਂ ਕਿਸੇ ਮੁੱਦੇ ਦੇ ਉੱਤੇ ਸਹਿਮਤ ਹੋ ਜਾਣਗੀਆਂ ਇਸਤੇ ਸੀਜੀਆਈ ਐਸਏ ਬੋਬੜੇ ਨੇ ਕਿਹਾ ਅਸੀਂ ਸਥਿਤੀ ਤੋਂ ਜਾਣੂ ਹਾਂ ਤੇ ਚਾਹੁੰਦੇ ਹਾਂ ਕਿ ਗੱਲਬਾਤ ਅੱਗੇ ਵਧੇ ਅਸੀਂ ਸਥਿਤੀ ਨੂੰ ਪੂਰੀ ਗੰਭੀਰਤਾ ਨਾਲ ਵੇਖ ਰਹੇ ਹਾਂ ਉਹਨਾਂ ਨੇ ਕਿਹਾ ਕਿ ਸੁਣਵਾਈ ਸੋਮਵਾਰ ਨੂੰ ਹੋਣੀ ਹੈ ਜੇ ਅਟਾਰਨੀ ਜਨਰਲ ਉਸ ਦਿਨ ਕੇਸ ਮੁਲਤਵੀ ਕਰਨੀ ਮੰਗ ਕਰਦਾ ਤਾਂ ਸੁਣਵਾਈ ਟਾਲ ਦਿੱਤੀ ਜਾਵੇਗੀ ਅਦਾਲਤ ਗੱਲਬਾਤ ਦੇ ਰਾਹੀਂ ਹੱਲ ਕਰਨਾ ਚਾਹੁੰਦੀ ਹੈ ਸਰਕਾਰ ਤੇ ਕਿਸਾਨ ਦੋਵੇਂ ਖੇਤੀਬਾੜੀ ਕਾਨੂੰਨਾਂ ਬਾਰੇ ਆਪਣੇ ਸਟੈਂਡ ਤੋਂ ਪਿੱਛੇ ਹਟਣ ਦੇ ਲਈ ਤਿਆਰ ਨਹੀਂ ਕਿਸਾਨਾਂ ਦਾ ਇਹ ਕਹਿਣਾ ਕਿ ਜਿੰਨੀ ਦੇਰ ਤੱਕ ਇਹ ਖੇਤੀ ਕਾਨੂੰਨ ਵਾਪਸ ਨਹੀਂ ਹੁੰਦੇ ਤੇ ਘੱਟੋ-ਘੱਟ ਸਮਰਥਨ ਮੁੱਲ ਦੀ ਪ੍ਰਣਾਲੀ ਕਾਨੂੰਨੀ ਤੌਰ ਦੇ ਉੱਤੇ ਲਾਗੂ ਨਹੀਂ ਕੀਤੀ ਜਾਂਦੀ ਉਨੀ ਦੇਰ ਤੱਕ ਇਹ ਅੰਦੋਲਨ ਜਾਰੀ ਰੱਖਿਆ ਜਾਵੇਗਾ ਇਸ ਖਬਰ ਦੇ ਉੱਤੇ ਟਿੱਪਣੀ ਕਰਨੇ ਦੋਸਤੋ ਪਹਿਲੀ ਗਲਤੀ ਸੀ ਕਹਾਂਗੇ ਜਸਟਿਸ ਬੋਬੜੇ ਦੇ ਵੱਲੋਂ ਇਹ ਕਹਿਣਾ ਕਿ ਅਸੀਂ ਹਰ ਗੱਲ ਦੇ ਬਾਬਤ ਜਾਣਦੇ ਹਾਂ ਤੇ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਹਾਲਾਤ ਬਿਲਕੁਲ ਉਵੇਂ ਦੀ ਉਵੇਂ ਆ ਇਹ ਬਿਲਕੁਲ درست ਉਹਨਾਂ ਦਾ ਨਜ਼ਰੀਆ ਉਹਨਾਂ ਨੇ ਬਿਲਕੁਲ ਸਹੀ ਗੱਲ ਕਹੀ ਹੈ ਕਿਉਂਕਿ ਹਾਲਾਤ ਉਵੇਂ ਦੀ ਉਵੇਂ ਹੀ ਆ ਕੇਂਦਰ ਦੀ ਸਰਕਾਰ ਦੇ ਵੱਲੋਂ ਤੇ ਕਿਸਾਨ ਉਵੇਂ ਦੀ ਉਵੇਂ ਵਿਚਾਰੇ ਇਸ ਵਕਤ ਸੰਘਰਸ਼ ਦੇ ਉੱਤੇ ਬੈਠੇ ਆ ਬੇਸ਼ੱਕ ਸਰਕਾਰ ਦੇ ਉੱਤੇ ਅਸਰ ਨਾ ਹੋਵੇ ਪਰ ਇਸ ਵਕਤ ਮਾਨਯੋਗ ਜੱਜ ਸਹਿਬਾਨ ਦੇ ਉੱਤੇ ਤਾਂ ਅਸਰ ਹੁੰਦਾ ਹੋਊਗਾ ਅਦਾਲਤੀ ਪ੍ਰਕਿਰਿਆ ਦੇ ਵਲੋਂ ਤਾਂ ਇਸ ਗੱਲ ਦਾ ਧਿਆਨ ਜਾਂਦਾ ਹੋਊਗਾ ਕਿ ਦੇਖੋ ਜੀ ਕਿੰਨੀ ਵੱਡੀ ਗਲਤੀ ਦੇ ਵਿੱਚ ਕਿਸਾਨ ਆ ਜਿਹੜੇ ਉਹ ਮੌਤ ਦੀ ਬੁਕਲ ਚ ਚਲੇ ਗਏ ਆ ਕਿਸਾਨਾਂ ਦਾ ਕਸੂਰ ਕੀ ਆ ਉਹ ਇਸ ਮੌਸਮ ਦੇ ਵਿੱਚ ਵਿਗੜੇ ਹੋਏ ਮੌਸਮ ਦੇ ਵਿੱਚ ਵੀ ਬੈਠੇ ਆ ਲਗਾਤਾਰ ਉਹ ਇਸ ਵਕਤ ਲਗਾਤਾਰ ਬਿਮਾਰੀ ਹੋ ਰਹੇ ਆ ਸੋ ਇਸ ਕਰਕੇ ਸੋਮਵਾਰ ਨੂੰ ਸ਼ਾਇਦ ਕੋਈ ਮਹੱਤਵਪੂਰਨ ਟਿੱਪਣੀ ਜਾਂ ਕੋਈ ਮਹੱਤਵਪੂਰਨ ਆਦੇਸ਼ ਆ ਜਿਹੜਾ ਉਹ ਸੁਪਰੀਮ ਕੋਰਟ ਦੇ ਵੱਲੋਂ ਦਿੱਤਾ ਜਾਵੇ ਪਰ ਜਿਸ ਤਰੀਕੇ ਦੇ ਨਾਲ ਕੇਂਦਰ ਦੀ ਸਰਕਾਰ ਦੇ ਵੱਲੋਂ ਪੇਸ਼ ਹੋਏ ਨੁਮਾਇंदे ਇਹ ਗੱਲ ਕਹਿੰਦੇ ਆ ਕਿ ਜੀ ਹਾਲੇ ਇਹਨੂੰ ਮੁਲਤਵੀ ਕਰ ਦਿੱਤਾ ਜਾਵੇ ਸੁਣਵਾਈ ਨੂੰ ਸਾਡੀ ਗੱਲਬਾਤ ਚੱਲ ਰਹੀ ਹੈ ਲੱਗਦਾ ਇਹ ਆ ਵੀ ਕੇਂਦਰ ਦੀ ਸਰਕਾਰ ਨੂੰ ਸ਼ਾਇਦ ਇਹ ਜਾਪਦਾ ਹੈ ਕਿ ਜੀ ਸਾਡੀ ਕਿਤੇ ਆ ਇਸ ਵਕਤ ਪਕੜ ਟੇ ਲੈਣਾ ਪੈ ਜੇ ਕਿਉਂਕਿ ਲਗਾਤਾਰ ਜੇਕਰ ਜੱਜ ਸਹਿਬਾਨ ਵੀ ਇਹ ਦੇਖਦੇ ਆ ਕਿ ਕਿਸਾਨਾਂ ਦੇ ਨਾਲ ਧੱਕਾ ਹੋ ਰਿਹਾ ਅਤੀਤ ਦੇ ਵਿੱਚ ਵੀ ਹੋਇਆ ਤੇ ਵਰਤਮਾਨ ਦੇ ਵਿੱਚ ਵੀ ਉਹਨਾਂ ਨੂੰ ਇਹ ਲੱਗਦਾ ਜੀ ਕਿ ਸਾਡੇ ਹੱਥ ਦੇ ਵਿੱਚੋਂ ਕਿਤੇ ਇਹ ਸਾਰਾ ਕੁਝ ਨਿਕਲ ਨਾ ਜਾਵੇ ਸੋ ਸੋਮਵਾਰ ਦੇ ਉੱਤੇ ਹੁਣ ਨਿਗ੍ਹਾ ਟਿਕੀ ਰਹਿਣੀ ਹੈ ਕਿ ਜੱਜ ਸਾਹਿਬਾਨ ਦੇ ਵੱਲੋਂ ਕੀ ਹੁਕਮ ਸੁਣਾਇਆ ਜਾਂਦਾ ਹੈ ਪਿਛਲੇ ਕਈ ਦਿਨਾਂ ਤੋਂ ਇਸ ਗੱਲ ਦੀ ਚਰਚਾ ਚੱਲ ਰਹੀ ਹੈ ਕਿ ਹੁਸ਼ਿਆਰਪੁਰ ਦੇ ਆਗੂ ਤਿਕਸ਼ਣ ਸੂਦ ਦੇ ਘਰ ਦੇ ਵਿੱਚ ਗੋਹੇ ਦੀ ਟਰਾਲੀ ਲਾਉਣ ਦੇ ਮਾਮਲੇ ਦੇ ਉੱਤੇ ਹੱਲ ਕੀ ਨਿਕਲੂਗਾ ਕਿਉਂਕਿ ਧਾਰਾ 307 ਵੀ ਲੱਗ ਗਈ ਜਿਨ੍ਹਾਂ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਹੁਣ ਸਵਾਲ ਇਹ ਪੈਦਾ ਹੁੰਦਾ ਸੀਗਾ ਕਿ ਇਰਾਦਾ ਕਤਲ ਦਾ ਪਰਚਾ ਕਿਉਂ ਦਰਜ ਕੀਤਾ ਗਿਆ ਉਹਨਾਂ ਨੇ ਟਰਾਲੀ ਗੋਹੇ ਦੀ ਲਾਈ ਆ ਉਹਨਾਂ ਨੇ ਕਿਸੇ ਦੇ ਉੱਤੇ ਹਮਲਾ ਨਹੀਂ ਕੀਤਾ ਕਿਸੇ ਨੂੰ ਮਾਰਨ ਦੀ ਕੋਸ਼ਿਸ਼ ਨਹੀਂ ਕੀਤੀ ਪਰ ਉਹ ਕਿਹੜੇ ਕਾਰਨ ਹੋਏ ਜਿਹਦੇ ਕਰਕੇ ਇਰਾਦਾ ਕਤਲ ਦਾ ਵੀ ਪਰਚਾ ਦਰਜ ਕਰ ਦਿੱਤਾ ਗਿਆ ਪਰ ਅੱਜ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਇਹ ਗੱਲ ਕਹੀ ਆ ਲਾਈਵ ਹੋ ਕੇ ਉਹਨਾਂ ਨੇ ਕਿਹਾ ਜੀ ਕਿ ਧਾਰਾ 370 ਜਿਹੜੀ ਉਹ ਰੱਦ ਕਰ ਦਿੱਤੀ ਗਈ ਆ ਉਹਨੂੰ ਕਟਾਫੇਰ ਦਿੱਤਾ ਗਿਆ ਤੇ ਉਹਨਾਂ ਨੇ ਇਹ ਵੀ ਗੱਲ ਕਹੀ ਆ ਵੀ ਜਿਹੜੇ ਐਸ ਐਚ ਓ ਨੇ ਇਹ ਪਰਚਾ ਦਰਜ ਕੀਤਾ ਸੀ ਉਹਦਾ ਅਸੀਂ ਤਬਾਦਲਾ ਵੀ ਕਰ ਦਿੱਤਾ ਹੈ ਹੁਕਮ ਜਾਰੀ ਕਰ ਦਿੱਤੇ ਆ ਉਹਨਾਂ ਨੇ ਕਿਹਾ ਜੀ ਕਿ ਉਹਨਾਂ ਨੇ ਤਤੇ ਰੌਂ ਦੇ ਵਿੱਚ ਇਹ ਪਰਚਾ ਦਰਜ ਕਰ ਲਿਆ ਉਹਨਾਂ ਨੇ ਸ਼ਬਦ ਵੈਸੇ ਹੋਰ ਵਰਤੇ ਸੀ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਉਹ ਵੈਂਡ ਦੇ ਵਿੱਚ ਬਹਿ ਕੇ ਜਾਂ ਮੌਕੇ ਦੇ ਉੱਤੇ ਉਹਨਾਂ ਨੇ ਕੋਈ ਇਹੋ ਜਿਹਾ ਫੈਸਲਾ ਲੈ ਲਿਆ ਪਰ ਇਹ ਇਰਾਦਾ ਕਤਲ ਵਾਲੀ ਗੱਲ ਨਹੀਂ ਹੈ ਇਸ ਤੋਂ ਇਲਾਵਾ ਵੀ ਕਈ ਹੋਰ ਮਹੱਤਵਪੂਰਨ ਗੱਲਾਂ ਕੈਪਟਨ ਅਮਰਿੰਦਰ ਸਿੰਘ ਨੇ ਕਹੀਆਂ ਪਹਿਲਾਂ ਇਸ ਰਿਪੋਰਟ ਦਾ ਵੀਰਵਾ ਸਾਂਝਾ ਕਰਦੇ ਹਾਂ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਸਾਬਕਾ ਭਾਜਪਾ ਦੇ ਮੰਤਰੀ ਤਿਕਸ਼ਨ ਸੂਤ ਦੇ ਘਰ ਦੇ ਮੂਹਰੇ ਗੋਹਾ ਸੁੱਟਣ ਵਾਲੇ ਖੇਤੀ ਕਾਨੂੰਨ ਪ੍ਰਦਰਸ਼ਨਕਾਰੀਆਂ ਦੇ ਖਿਲਾਫ ਧਾਰਾ 307 ਵਾਪਸ ਲੈਣ ਦਾ ਹੁਕਮ ਦਿੱਤਾ ਗਿਆ। ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਪ੍ਰਦਰਸ਼ਨਕਾਰੀਆਂ ਦੇ ਉੱਤੇ ਕਤਲ ਦੀ ਕੋਸ਼ਿਸ਼ ਦਾ ਪਰਚਾ ਦਰਜ ਕਰਨ ਵਾਲੇ ਐਸਐਚਓ ਦੇ ਤਬਾਦਲੇ ਦੇ ਹੁਕਮ ਵੀ ਜਾਰੀ ਕੀਤੇ ਗਏ ਨੇ ਜਿਸ ਦੀ ਹੁਣ ਵਿਸ਼ੇਸ਼ ਜਾਂਚ ਟੀਮ ਦੇ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਆਈਪੀਸੀ ਦੀ ਧਾਰਾ 307 ਦੇ ਤਹਿਤ ਕੇਸ ਦਰਜ ਕਰਨ ਪ੍ਰਤੀ ਐਸਐਚਓ ਕਾਫੀ ਉਤੇਜਕ ਹੋ ਗਿਆ ਸੀ ਹੁਸ਼ਿਆਰਪੁਰ ਕਾਂਡ ਜਿਹਦੇ ਵਿੱਚ ਪ੍ਰਦਰਸ਼ਨਕਾਰੀਆਂ ਦੇ ਇੱਕ ਸਮੂਹ ਨੇ ਪੰਜਾਬ ਦੇ ਸਾਬਕਾ ਮੰਤਰੀ ਤੀਖਣ ਸੂਦ ਦੀ ਰਿਹਾਈਸ਼ ਦੇ ਮੂਹਰੇ ਗੋਹੇ ਦੇ ਨਾਲ ਭਰੀ ਟਰਾਲੀ ਛੁੱਟੀ ਸੀ ਦਾ ਜ਼ਿਕਰ ਕਰਦਿਆਂ ਉਹਨਾਂ ਨੇ ਕਿਹਾ ਕਿ ਇਸ ਕੇਸ ਦੇ ਵਿੱਚ ਹਤਿਆ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ ਇਸ ਕਰਕੇ 307 ਦਾ ਪਰਚਾ ਰੱਦ ਕਰਨ ਦੇ ਲਈ ਹੁਕਮ ਦਿੱਤਾ ਗਿਆ ਇਸ ਖਬਰ ਦੇ ਉੱਤੇ ਟਿੱਪਣੀ ਕਰਨੇ ਦੋਸਤੋ ਪਹਿਲੀ ਗੱਲ ਤਾਂ ਸਿੱਖਾਂਗੇ ਜੇਕਰ ਇਹ ਪਰਚਾ ਰੱਦ ਨਾ ਹੁੰਦਾ ਯਾਨੀ ਕਿ ਧਾਰਾ ਰੱਦ ਨਾ ਹੁੰਦੀ ਦਾ ਮਾਮਲਾ ਬਹੁਤ ਵੱਡਾ ਬਣ ਜਾਣਾ ਸੀ ਇਸ ਮਾਮਲੇ ਦੇ ਵਿੱਚ ਪੁਲਿਸ ਦੀ ਵੀ ਕਿਰਕਰੀ ਹੋ ਰਹੀ ਸੀ ਤੇ ਸਰਕਾਰ ਦੀ ਵੀ ਕਿਉਂਕਿ ਅਸੀਂ ਇਹ ਵੀ ਗੱਲ ਕਹਿ ਸਕਦੇ ਹਾਂ ਕਿ ਕਿਸੇ ਦੀ ਸ਼ਾਂਤੀ ਦੇ ਵਿੱਚ ਵਿਘਨ ਪਾਇਆ ਅਸੀਂ ਇਹ ਵੀ ਗੱਲ ਕਹਿ ਸਕਦੇ ਹਾਂ ਕਿਸੇ ਦੇ ਮਾਣ ਨੂੰ ਸੱਟ ਮਾਰੀ ਅਸੀਂ ਕੋਈ ਹੋਰ ਵੀ ਗੱਲ ਕਹਿ ਸਕਦੇ ਹਾਂ ਪਰ ਇੱਥੇ ਇਰਾਦਾ ਕਤਲ ਵਾਲੀ ਕੋਈ ਗੱਲ ਨਹੀਂ ਸੀ ਤੇ ਜਿਹੜੇ ਐਸਐਚਓ ਨੇ ਉਤੇਜਕ ਹੋ ਕੇ ਪਰਚਾ ਦਰਜ ਕੀਤਾ ਕੈਪਟਨ ਸਾਹਿਬ ਦੇ ਕਹਿਣ ਵਾਂਗੂ ਹੁਣ ਉਹਦੇ ਉੱਤੇ ਬੰਦੀ ਕਾਰਵਾਈ ਤਾਂ ਨਹੀਂ ਹੋਣੀ ਸ਼ਾਇਦ ਕੋਈ ਉਹਦਾ ਤਬਾਦਲਾ ਕਰ ਦਿੱਤਾ ਜਾਣਾ ਜਿੱਥੇ ਉਹ ਜਾਣਗੇ ਉੱਥੇ ਉਤੇਜਕ ਹੋਣਗੇ ਕਿ ਨਹੀਂ ਹੋਣਗੇ ਇਹ ਵਕਤ ਬਿਆਨ ਕਰੂਗਾ ਪਰ ਇੱਕ ਮਹੱਤਵਪੂਰਨ ਗੱਲ ਹੋਰ ਸਾਹਮਣੇ ਆਈ ਹੈ ਲੰਘੇ ਕੱਲ ਅਸੀਂ ਸਾਂਝੀ ਕੀਤੀ ਸੀ ਸ਼੍ਰੀ ਬਰਾੜ ਗਾਇਕ ਦੇ ਨਾਲ ਸੰਦਰਭ ਦੇ ਵਿੱਚ ਉਹਨਾਂ ਦੇ ਉੱਤੇ ਪਰਚਾ ਦਰਜ ਵੀ ਹੋਇਆ ਤੇ ਪੁਲਿਸ ਨੇ ਗ੍ਰਿਫਤਾਰ ਵੀ ਕੀਤਾ ਹੁਣ ਇਸ ਮਾਮਲੇ ਦੇ ਉੱਤੇ ਇੱਕ ਮੁੱਦਾ ਬਣ ਰਿਹਾ ਸੀ ਮਨਜਿੰਦਰ ਸਿੰਘ ਸਿਰਸਾ ਨੇ ਤੇ ਕੁਝ ਹੋਰ ਨੇਤਾਵਾਂ ਨੇ ਗੱਲ ਕਹੀ ਸੀ ਵੀ ਕਿਸਾਨ ਐਂਥਮ ਲਿਖਣ ਵਾਲੇ ਗਾਇਕ ਦੇ ਉੱਤੇ ਪੰਜਾਬ ਦੀ ਪੁਲਿਸ ਦੇ ਵੱਲੋਂ ਜਾਣਬੁੱਝ ਕੇ ਪਰਚਾ ਦਰਜ ਕੀਤਾ ਗਿਆ ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਪਰਚਾ ਬਿਲਕੁਲ ਸਹੀ ਦਰਜ ਕੀਤਾ ਗਿਆ ਇਹ ਪਰਚਾ ਈਵੇਂ ਹੀ ਦਰਜ ਹੋਣਾ ਚਾਹੀਦਾ ਸੀ ਉਹਨਾਂ ਨੇ ਕਿਹਾ ਵੀ ਕਿਸਾਨ ਐਂਥਮ ਗੀਤ ਲਿਖਿਆ ਇਹਦੇ ਲਈ ਧੰਨਵਾਦੀ ਹਾਂ ਇਦਾਂ ਦੇ ਗੀਤ ਲਿਖਣੇ ਤੇ ਗਾਉਣੇ ਚਾਹੀਦੇ ਆ ਜਿਹੜੇ ਕਿ ਸਮੇਂ ਦੀ ਹਕੀਕਤ ਬਿਆਨ ਕਰਨ ਪਰ ਕਿਉਂਕਿ ਜਿਹੜੇ ਗੀਤ ਦੇ ਕਰਕੇ ਵੀ ਇੱਕ ਗੱਡੀ ਦੇ ਵਿੱਚ ਅਸੀਂ ਰੱਖਦੇ ਹਾਂ ਅਸਲਾ ਤੇ ਇੱਕ ਰੱਖਦੇ ਹਾਂ ਡੱਬ ਦੇ ਵਿੱਚ ਅਸੀਂ ਐ ਕਰ ਦਿੰਨੇ ਆ ਅਸੀਂ ਓ ਕਰ ਦਿੰਨੇ ਆ ਇਹ ਜਿਹੜਾ ਹਥਿਆਰਾਂ ਦਾ ਪ੍ਰਦਰਸ਼ਨ ਹੈ ਇਹ ਦੇ ਕਰਕੇ ਪਰਚਾ ਦਰਜ ਹੋਇਆ ਨਾ ਕਿ ਕਿਸਾਨ ਐਂਥਮ ਗੀਤ ਦੇ ਕਰਕੇ ਹੋਇਆ ਤੇ ਇਹ ਜਿਹੜਾ ਗੀਤਾ ਇਹ ਕਈ ਮਹੀਨੇ ਪਹਿਲਾਂ ਆਇਆ ਸੀਗਾ ਜਿਹਦੇ ਕਰਕੇ ਪਰਚਾ ਦਰਜ ਕੀਤਾ ਗਿਆ ਸੋ ਕਹਿਣ ਦਾ ਭਾਵ ਇਹ ਹੈ ਕਿ ਇਸ ਵਕਤ ਜਦੋਂ ਸਾਡੀ ਸੰਗੀਤ ਮੰਡਲੀ ਦੇ ਉੱਤੇ ਜਦੋਂ ਸਾਡੇ ਸੰਗੀਤ ਸੰਸਾਰ ਦੇ ਉੱਤੇ ਕਿਸਾਨ ਅੰਦolan ਦਾ ਬਹੁਤ ਵੱਡਾ ਅਸਰ ਪੈ ਰਿਹਾ ਹੈ ਤਾ ਸਾਡੇ ਗਾਉਣ ਵਾਲਿਆਂ ਨੂੰ ਸਾਡੇ ਲਿਖਣ ਵਾਲਿਆਂ ਨੂੰ ਸਾਡੇ ਫਿਲਮ ਸਾਜ਼ਾ ਨੂੰ ਤੇ ਸਾਡੇ ਅਦਾਕਾਰਾਂ ਨੂੰ ਇਹ ਚਾਹੀਦਾ ਕਿ ਉਹ ਆਪਣੀ ਸੋਚ ਦੇ ਵਿੱਚ ਵੀ ਇੱਕ ਮੋੜ ਲੈ ਕੇ ਆਉਣ ਲੰਗੇ ਵੇਲੇ ਦੇ ਵਿੱਚ ਬਹੁਤ ਸਾਰੇ ਹਥਿਆਰਾਂ ਵਾਲੇ ਗੀਤ ਆਏ ਆ ਬਹੁਤ ਸਾਰੇ ਕਲਾਕਾਰਾਂ ਨੇ ਗਾਏ ਆ ਚਰਚਾ ਵੀ ਛਿੜੀ ਆ ਕਿ ਉਹਦੇ ਉੱਤੇ ਕਾਰਵਾਈ ਹੋਣੀ ਆ ਉਹਦੇ ਉੱਤੇ ਕਾਰਵਾਈ ਹੋਣੀ ਆ ਫਲਾਉ ਹੋਣਾ ਟੀਂਗ ਹੋਣਾ ਪਰ ਹੋਇਆ ਕਿਸੇ ਮਾਮਲੇ ਦੇ ਵਿੱਚ ਕੱਖ ਵੀ ਨਹੀਂ ਕਿਸੇ ਨੂੰ ਮਰਜ਼ੀ ਮੁਤਾਬਕ ਜ਼ਮਾਨਤ ਮਿਲ ਜਾਂਦੀ ਆ ਕੋਈ ਕਦਰ ਨਾ ਜੀ ਮੇਰੀ ਤਾਂ ਬਹੁਤ ਉੱਤੇ ਤੱਕ ਪਹੁੰਚ ਆ ਇਹ ਸਾਰਾ ਕੁਝ ਪੋਚਾ ਫੇਰ ਕੇ ਰੱਖ ਦਿੱਤਾ ਜਾਂਦਾ ਪਰ ਹੁਣ ਜੇਕਰ ਪੁਲਿਸ ਜਾਗੀ ਹੈ ਤਾਂ ਜਾਗਦੀ ਹੀ ਰਵੇ ਗੱਲ ਕੱਲੇ ਸ਼੍ਰੀ ਬਰਾੜ ਦੀ ਨਹੀਂ ਭਵਿੱਖ ਦੇ ਵਿੱਚ ਵੀ ਜੇਕਰ ਕੋਈ ਇਦਾਂ ਦਾ ਕੁਝ ਕਰੇ ਉਹਦੇ ਉੱਤੇ ਬਣਦੀ ਸਰਲੀ ਕਾਰਵਾਈ ਹੋਵੇ ਤੇ ਕਲਾਕਾਰਾਂ ਨੂੰ ਇਹ ਗੱਲ ਮਹਿਸੂਸ ਕਰਨੀ ਚਾਹੀਦੀ ਹੈ ਕਿ ਦੌਰ ਬਦਲ ਰਿਹਾ ਸਾਨੂੰ ਸਮੇਂ ਦੀ ਹਕੀਕਤ ਵਾਲੇ ਗੀਤ ਪੇਸ਼ ਕਰਨੇ ਚਾਹੀਦੇ ਆ ਮਨੋਰੰਜਨ ਵੀ ਕਰਨਾ ਚਾਹੀਦਾ ਹੈ ਰੋਮਾਂਸ ਦੀ ਗੱਲ ਵੀ ਹੋਣੀ ਚਾਹੀਦੀ ਹੈ ਅਣਖ ਦੀ ਗੱਲ ਵੀ ਹੋਣੀ ਚਾਹੀਦੀ ਆ ਸਾਰੇ ਰੰਗ ਪੇਸ਼ ਕਰਨੇ ਚਾਹੀਦੇ ਆ ਪਰ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਪੰਜਾਬ ਦੀ ਜਵਾਨੀ ਨੂੰ ਲੁੱਟਰ ਸਾਬਤ ਕਰਨਾ ਅਸੀਂ ਉਹਨਾਂ ਨੂੰ ਗੁੰਡੇ ਬਦਮਾਸ਼ ਸਾਬਤ ਕਰਨਾ ਉਹਨਾਂ ਨੂੰ ਆਪਾਂ ਇੱਜ਼ਤਦਾਰ ਸਾਬਤ ਕਰਨਾ ਜਿਵੇਂ ਕਿ ਇਸ ਵਕਤ ਇੱਜ਼ਤਦਾਰ ਅਨੁਰਣ ਦੇ ਵਿੱਚ ਬੈਠੇ ਆ ਜਿਵੇਂ ਕਿ ਉਹ ਇਸ ਵਕਤ ਪੂਰੀ ਸਮਝਦਾਰੀ ਨਾਲ ਚੱਲ ਰਹੇ ਆ ਉਹਨਾਂ ਦੇ ਹੱਥਾਂ ਦੇ ਵਿੱਚ ਕੋਈ ਹਥਿਆਰ ਨਹੀਂ ਉਹ ਵੀ ਪੰਜਾਬ ਦੇ ਅਣਖੀ ਨੌਜਵਾਨ ਖਬਰਾਂ ਦੋਸਤੋ ਕਈ ਹੋਰ ਵੀ ਸਨ ਪਰ ਜੋ ਵਕਤ ਦੀ ਘਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਆ ਕੱਲ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਆਗਿਆ ਦਿਓ ਬਹੁਤ ਬਹੁਤ ਮਿਹਰਬਾਨੀ